ਧਰਮ ਸੋਤ ਉਹਨਾਂ ਦੀ ਕੀ ਫਿਰ ਵਜ਼ੀਫੇ ਜਿਹੜੇ ਛਕੇ ਉਹਨਾਂ ਵੱਲ ਕੀ ਕਹਾਣੀ ਹੋ ਰਹੀ ਆ ਹੁਣ ਗਿੱਲ ਸਾਹਿਬ? ਦੇਖੋ ਜਿਹੜਾ ਸਾਧੂ ਸਿੰਘ ਧਰਮ ਸੋਤ ਪੁਰਾਣੇ ਵਜ਼ੀਫੇ ਛਕੇ ਉਸ ਮਸਲੇ ਦੇ ਵਿੱਚ ਹੁਣ ਬਹੁਤ ਸਵਾਲ ਖੜੇ ਹੋ ਗਏ। ਕੱਲ ਲੋਕ ਇਨਸਾਫ਼ ਪਾਰਟੀ ਵਾਲਿਆਂ ਨੇ ਧਰਮ ਸੋਤ ਦਾ ਘਰ ਘੇਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਆਪਣੀਆਂ ਸ਼ਰਟਾਂ ਲਾ ਕੇ ਨੰਗੇ ਧੜ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ, ਅਕਾਲੀ ਦਲ ਪਹਿਲਾਂ ਹੀ ਪ੍ਰਦਰਸ਼ਨ ਕਰ ਰਿਹਾ, ਆਮ ਆਦਮੀ ਪਾਰਟੀ ਨੇ ਵੀ ਧਰਨਾ ਲਾਇਆ। ਉਹਨਾਂ ਨੇ ਮੰਗ ਕੀਤੀ ਹੈ ਕਿ ਸਾਧੂ ਸਿੰਘ ਧਰਮ ਸੋਤ ਦਾ ਅਸਤੀਫਾ ਲੈ ਕੇ ਇਸ ਮਸਲੇ ਦੀ ਜਾਂਚ ਕੀਤੀ ਜਾਵੇ। ਹੁਣ ਗਿੱਲ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੋਰੀ ਸਾਧੂ ਸਿੰਘ ਧਰਮ ਸੋਤ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ। ਜੇ ਇੱਕ ਅਡੀਸ਼ਨਲ ਚੀਫ ਸੈਕਟਰੀ ਲੈਵਲ ਦਾ ਅਧਿਕਾਰੀ ਇੱਕ ਰਿਪੋਰਟ ਭੇਜਦਾ ਹੈ ਔਰ ਉਹਦੇ 'ਚ ਇਸ਼ਾਰਾ ਕਰਦਾ ਕਿ ਸਾਧੂ ਸਿੰਘ ਧਰਮ ਸੋਤ ਪੁਰਾਣ ਦੀ ਇਨਵੋਲਵਮੈਂਟ ਨਾਲ 64 ਕਰੋੜ ਦਾ ਘਟਾਲਾ ਹੋਇਆ, ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਸਕੱਤਰ ਫਿੰਨੀ ਮਹਾਜਨ ਨੂੰ ਹੁਣ ਜਾਂਚ ਦੇ ਲਈ ਭੇਜਦੇ ਨੇ ਭਾਈ ਜਾਂਚ ਕਰ। ਇੱਕ ਕੈਬਨਿਟ ਮੰਤਰੀ ਹੁੰਦਿਆਂ ਹੋਇਆਂ ਜਾਂਚ ਹੋ ਹੀ ਨਹੀਂ ਸਕਦੀ ਗੱਲ ਸਾਹਿਬ ਕਿ ਜਾਂਚ ਹੋ ਜੇ ਕਿਸੇ ਮਸਲੇ ਦੀ ਇਮਾਨਦਾਰੀ ਦੇ ਨਾਲ। ਉਹ ਤੋਂ ਕੈਬਨਿਟ ਮੰਤਰੀ ਤੋਂ ਅਸਤੀਫਾ ਲੈਣਾ ਚਾਹੀਦਾ, ਉਸ ਤੋਂ ਬਾਅਦ ਜਾਂਚ ਕਰਨੀ ਚਾਹੀਦੀ ਹੈ। ਜੇ ਉਹ ਨਿਰਪੱਖ ਸਾਬਤ ਹੋਇਆ, ਜੇ ਸਾਬਤ ਹੋਇਆ ਕਿ ਉਹਨੇ ਰੁਪਇਆ ਵੀ ਖਾਧਾ ਨਹੀਂ ਹੈ, ਤਾਂ ਉਸ ਤੋਂ ਬਾਅਦ ਉਹਨੂੰ ਦੁਬਾਰੇ ਕੈਬਨਿਟ ਮੰਤਰੀ ਬਣਾ ਦਿੱਤਾ ਜਾਣਾ ਚਾਹੀਦਾ। ਉਹਦੇ ਕੈਬਨਿਟ ਮੰਤਰੀ ਰਹਿੰਦਿਆਂ ਉਹਦੇ ਜਿਹੜਾ ਹੇਠਲਾ ਅਫਸਰ ਹੈ ਉਹ ਕਿਸ ਤਰੀਕੇ ਦੇ ਨਾਲ ਇਸ ਮਸਲੇ ਦੀ ਜਾਂਚ ਹੈ ਜਿਹੜੀ ਉਹ ਕਰ ਲੂਗਾ।